सरकार ने नशियां ते नकेल कस दिती है पर फिर भी पाक तो तस्करी होके आ रहे नशियां दी खेवे च कोई रोकथाम नहीं हो रही। अज पंजाब पुलिस ते BSF वालों नशियां खिलाफ छेड़े सांझे अभियान नूं उस समय बल मिलिया जदों सांझे ऑपरेशन दौरान जगदीश चौंकी तो 7 पैकेट हैरोइन अते 50 कारतूसां सहित एक भारतीय तस्कर नूं काबू कर लिया। पकड़ी गई हैरोइन की कीमत अंतरराष्ट्रीय बाजार विच 13 करोड़ रुपए दसी जा रही है। फिरोजपुर तो सचैन सिंह दी रिपोर्ट। ਬਾਰਡਰ ਪਾਰ ਤਾਰਾਂ ਕ੍ਰੋਸ ਕਰਕੇ ਏਸੀ ਸੁਰੇਸ਼ ਕੁਮਾਰ ਮਨਜੰਦਾ ਸਮੇਤ ਪੁਲਿਸ ਪਾਰਟੀ 2 ਕਿਲੋ 800 ਗ੍ਰਾਮ ਹੈਰੋਇਨ ਤੇ 50 ਰਾਊਂਡ ਕੀ ਬੋਰ ਦੇ ਜਿੰਦਾ ਬਰਾਮਦ ਕੀਤਾ। ਕੋਈ ਇਹਨਾਂ ਬੰਦਾ ਵੀ ਫੜਿਆ ਗਿਆ, ਕਿੱਥੋਂ ਫੜੀ ਗਈ ਹੈ ਜੀ, ਕਿਹੜੀ ਜਗ੍ਹਾ ਤੋਂ? ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਗਿਆ ਉਹ ਗ੍ਰਿਫਤਾਰ ਕੀਤਾ ਗਿਆ, ਉਹਦੀ ਨਿਸ਼ਾਨਦੇਹੀ ਤੇ ਬਾਰਡਰ ਪਾਰ ਮੌਕੇ ਤੇ ਜਾ ਕੇ ਉਹਨੇ ਗ੍ਰਾਮੀ ਕਰਾਈ। ਇਹ ਕੌਣ ਹੈ ਦੋਸ਼ੀ, ਕਿੱਥੋਂ ਦਾ? ਦੋਸ਼ੀ ਦਾ ਨਾਂ ਹੈ ਬਲਦੇਵ ਸਿੰਘ ਉਰਫ ਦੇਬੂ, ਪੁੱਤਰ ਭਗਵਾਨ ਸਿੰਘ, ਕੌਮ ਰਾਏ ਸਿੰਘ ਵਾਸੀ ਨਿਆਦੇਵਾਲ, ਥਾਣਾ ਸਦਰ ਫਿਰੋਜ਼ਪੁਰ। ਇਹਦੇ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ, ਇੱਕ 25 ਕਿਲੋ ਦਾ ਮੁਕੱਦਮਾ ਦਰਜ ਹੈ ਜਿਹਦੇ ਚ ਇਹ 3 ਸਾਲ ਸਜ਼ਾ ਹੋਇਆ। ਇਹਦੇ ਬਾਰੇ ਤਸਦੀਕ ਕਰਨ ਵਾਲੀ ਹੈਗੀ ਹੈ, ਇਹਨੇ ਉੱਥੇ ਪਤਾ ਲੱਗਿਆ ਕਿ ਆਪਦਾ ਕੋਈ ਛੋਟੀ ਉਮਰ ਦਾ ਕੋਈ ਸਰਟੀਫਿਕੇਟ ਪ੍ਰੋਡਿਊਸ ਕਰਾ ਕੇ ਤੇ ਜਿਹਦੇ ਚ ਇਹਨੇ ਨਾਬਾਲਗ ਆਪਦਾ ਆਪਣਾ ਸ਼ੋਅ ਕਰਕੇ ਤਸਦੀਕ ਉਹ ਮਾਮਲਾ ਤਸਦੀਕ ਕਰ ਲਿਆ। ਸਰ ਇੱਕ ਵੇਖਿਆ ਗਿਆ ਨਿਹਾਲੇ ਕਿਲਚਰ ਦੇ ਵਿੱਚ ਕਾਫੀ ਤਸਕਰ ਹੈ ਜਿਹੜਾ ਨਸ਼ਾ ਤਸਕਰ ਕਾਫੀ ਕਰਦੇ ਨੇ, ਤੁਹਾਡੇ ਸਾਹਮਣੇ ਰਿਕਵਰੀ ਹੈ, ਉਹਦਾ ਨਤੀਜਾ ਤੁਹਾਡੇ ਸਾਹਮਣੇ ਪੁਲਿਸ ਕਾਰਵਾਈ ਕਰ ਰਹੀ ਹੈ। ਸਰ ਇਹਦੇ ਜੇਲ੍ਹ ਦੇ ਅੰਦਰ ਰਹਿ ਕੇ ਵੀ ਤਲੋਕਾ ਸੀਗਾ ਜੀ ਪਾਕਿਸਤਾਨ ਜਾਂ ਤਲੋਕਾ? ਇਹਦਾ ਇੱਕ ਜਿਹੜਾ ਸਹਿ ਦੋਸ਼ੀ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਹੈ, ਉਹ ਜੇਲ੍ਹ ਦੇ ਰਾਹੀਂ ਜਿਹੜਾ ਰੈਕਟ ਚਲਾ ਰਿਹਾ ਸੀਗਾ, ਪਾਕਿਸਤਾਨ ਦੇ ਸਮੁੰਦਰਾਂ ਨਾਲ ਇਹਨਾਂ ਦੇ ਸੰਬੰਧ ਨੇ, ਉਹਨਾਂ ਨਾਲ ਗੱਲਬਾਤ ਕਰਕੇ ਇਹ ਤਾਰੋ ਪਾਰ ਰੋਜ਼ ਖਾ ਦਿੰਦੇ ਨੇ, ਫਿਰ ਲੋਕਾਂ ਨਾਲ ਸੰਬੰਧ ਬਣਾ ਕੇ ਤੇ ਕਬੀਰ ਦੇ। ਕਿਹੜੀ ਜੇਲ੍ਹ ਚ ਆ ਜੀ ਬੰਦਾ? ਉਹਦੇ ਬਾਰੇ ਫਿਰੋਜ਼ਪੁਰ ਜੇਲ੍ਹ ਚ ਪਤਾ ਲੱਗਿਆ, ਫਿਰੋਜ਼ਪੁਰ ਜੇਲ੍ਹ ਚ, ਬਾਕੀ ਵੈਰੀਫਾਈ ਕਰਨਾ। ਪਾਕਿਸਤਾਨ ਦੇ ਤਸਕਰਾਂ ਦਾ ਕੋਈ ਨਾਮ ਤੇ ਪਤਾ ਲੱਗਾ? ਨਾਮ ਬਾਰੇ ਅਜੇ ਵੈਰੀਫਾਈ ਕਰਨਾ।